ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ ਜੀ। ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਇਸ ਚੈਨਲ 'ਤੇ ਸਾਗਰ ਜੀ ਬਲੌਗਸ। ਨਵ ਦੁਰਲੀਨ ਭਾਅ ਜੀ ਕੀ ਕਹਿ ਰਹੇ ਨੇ, ਕਹਿੰਦੇ ਜੇ ਕਿਸੇ ਕੋਲ ਦੂਰ ਹੋਣਾ ਹੈਗਾ ਏ ਪਹਿਲਾਂ ਆਦਤ ਨਿਭਾਈ ਦੀ। ਤਾਂ ਦੋਸਤੋ ਗਾਣੇ ਤੁਸੀਂ ਬੋਲ ਸੁਣੋ, ਗਾਣੇ ਦੇ ਆ ਤਿੰਨ ਦੇ ਤਿੰਨ ਟੱਪੇ ਸਾਰੇ ਖਰੇ ਨੇ। ਪਹਿਲੇ 'ਚ ਕਹਿੰਦੇ ਆਦਤ ਨਹੀਂ ਪਾਈ ਦੀ, ਦੂਜੇ 'ਚ ਕਹਿੰਦੇ ਤੈਨੂੰ ਰੱਬ ਮੰਨੀ ਫਿਰਦਾ, ਤੀਜੇ 'ਚ ਕਹਿੰਦੇ ਆ ਕਿ ਹੌਲੀ ਹੌਲੀ ਤੂੰ ਕਹਿਣਾ ਤੇਰੇ ਕੋਲ ਮੇਰੇ ਲਈ ਟਾਈਮ ਨਹੀਂ ਹੈਗਾ। ਅਤੇ ਪਹਿਲਾ ਟੱਪਾ ਯਾਰ ਤੁਸੀਂ ਸੁਣੋ। ਜੇ ਕਿਸੇ ਕੋਲ ਦੂਰ ਹੋਣਾ ਹੈਗਾ ਏ ਉਹਨੂੰ ਆਦਤ ਨਹੀਂ ਪਾਈ ਦੀ, ਆਦਤ ਨਹੀਂ ਪਾਈ ਦੀ ਰੱਬ। ਤਾਂ ਦੋਸਤੋ ਦੇਖੋ ਇਸ ਲਾਈਨ ਵਿੱਚ ਭਾਈ ਨੇ ਸਾਫ਼ ਸਾਫ਼ ਕਿਹਾ ਜਾ ਕਿ ਆਪਾਂ ਪਹਿਲਾਂ ਇਕੱਠੇ ਹੈਗੇ ਸੀਗੇ, ਹੁਣ ਇਕੱਠੇ ਕਿਉਂ ਨਹੀਂ ਹੈਗੇ? ਕਿਉਂਕਿ ਜੇ ਭਾਬੀ ਆ, ਭਾਬੀ ਸੋਹਣੇ ਚੈਨ ਦੇ ਰਹੀ ਆ ਭਾਜੀ ਨੂੰ, ਭਾਬੀ ਗੱਡੀ ਦੇ ਰਹੀ ਆ ਭਾਜੀ ਨੂੰ ਜੀਪ, ਠੀਕ ਹੈ ਜੀ। ਬਟ ਭਾਜੀ ਨਾਲ ਕੀ ਅੰਡਰਸਟੈਂਡਿੰਗ ਹੋਈ ਆ, ਕਿਹੜੀ ਗੱਲ ਤੋਂ ਭਾਜੀ ਇੰਨਾ ਕੁ ਖਿੱਚ ਗਿਆ, ਇੰਨਾ ਖਿੱਚ ਗਿਆ ਭਾਜੀ ਨੇ ਜੀਪ ਦੀ ਗੱਡੀ ਗੱਡੀ ਦੀ ਚਾਬੀ ਚੱਕ ਕੇ ਮਾਰੀ, ਚੈਨੀ ਵੀ ਸੋਹਣੀ ਦੀ ਵਾਪਸ ਕਰਤੀ ਅਤੇ ਕਹਿੰਦਾ ਜਾ। ਅਤੇ ਭਾਬੀ ਕਹਿੰਦੀ ਆ ਕਿ ਜੇ ਕਿਸੇ ਕੋਲ ਦੂਰ ਹੋਣਾ ਹੋਵੇ ਤਾਂ ਆਦਤ ਨਹੀਂ ਪਾਈ ਦੀ। ਅਤੇ ਹੁਣ ਦੂਜਾ ਟੱਪਾ ਸੁਣੋ ਤੁਸੀਂ, ਜੇ 'ਚ ਭਾਜੀ ਕਹਿ ਰਿਹਾ ਭਾਬੀ ਵੱਲੋਂ ਕਿ ਤੁਹਾਨੂੰ ਰੱਬ ਮੰਨੀ ਬੈਠੇ ਜੀ। ਸੁਣੋ, ਤੈਨੂੰ ਰੱਬ ਮੰਨੀ ਫਿਰਦੇ ਪਰ ਰੱਬ ਤੂੰ ਤਾਂ ਹੈ ਨੀ, ਤੈਨੂੰ ਸਭ ਮੰਨੀ ਫਿਰਦੇ ਪਰ ਸਭ ਤਾਂ ਤੂੰ ਹੈ ਨੀ, ਤੇਰੇ ਤੋਂ ਮੈਂ ਕਰਾਂ ਕੀ ਇਹ ਦੂਰ, ਜੇ ਕਿਸੇ ਕੋਲੋਂ ਹੋਣਾ ਹੋਵੇ ਦੂਰ ਉਹਨੂੰ ਆਦਤ ਨਹੀਂ ਪਾਈ ਦੀ, ਆਦਤ ਨਹੀਂ ਪਾਈ ਦੀ। ਤਾਂ ਦੋਸਤੋ ਦੇਖੋ ਕੀ ਕਹਿ ਰਹੇ ਨੇ ਨਵ ਦੁਰਲੀਨ ਭਾਅ ਜੀ, ਕੀ ਕਹਿ ਰਹੇ ਨੇ ਭਾਬੀ ਵੱਲੋਂ। ਅਤੇ ਵਿੱਚ ਮੋਡਲ ਲਏ ਹੋਏ ਨੇ ਆਪਣੇ ਆਯੁਸ਼ਮਾਨ ਅਤੇ ਸੁਖਮਨ ਭਾਬੀ ਨਾਮ ਆ ਜਿਹੜੀ ਮੇਨ ਮੋਡਲ ਆ, ਅਤੇ ਜਿਹੜਾ ਆਪਣਾ ਹੈਗਾ ਭਾਅ ਜੀ ਵਿੱਚ ਮੋਡਲ ਲਿਆ ਹੋਇਆ ਭਾਅ ਜੀ ਨੇ, ਉਹਦਾ ਨਾਮ ਹੈਗਾ ਆਯੁਸ਼ਮਾਨ, ਠੀਕ ਹੈ ਜੀ। ਤਾਂ ਹੁਣ ਇਸ ਗਾਣੇ 'ਚ ਕੀ ਕਹਿ ਰਿਹਾ, ਕਹਿੰਦੇ ਜੇ ਕਿ ਉਹ ਰੱਬ ਤਾਂ ਹੈ ਨਹੀਂ ਤੂੰ ਉਹਨੂੰ ਮੰਨਦਾ, ਹੈ ਨਾ, ਤੂੰ ਇਨਸਾਨ ਵੀ ਨਹੀਂ ਮੰਨਦਾ, ਤੂੰ ਉਹਨੂੰ ਕੁਛ ਵੀ ਨਹੀਂ ਮੰਨਦਾ, ਲੇਕਿਨ ਜਦੋਂ ਤੂੰ ਉਹਨਾਂ ਇੱਕ ਰਿਸ਼ਤਾ ਰੱਖਿਆ ਸੀ ਤਾਂ ਉਹਨੂੰ ਰੱਬ ਮੰਨੀ ਫਿਰਦਾ ਸੀ, ਉਹਦੇ ਪੈਰ ਧੋਦੋ ਪੀਨਾ ਸੀਗਾ। ਜੋ ਤੂੰ ਅਗਲਾ ਸੁਣੋ ਤੁਸੀਂ ਕਿ ਭਾਅ ਜੀ ਹੁਣ ਕੀ ਕਹਿ ਰਿਹਾ ਕਿ ਹੌਲੀ ਹੌਲੀ ਤੂੰ ਮੇਰੇ ਕੋਲ ਟਾਈਮ ਨਹੀਂ ਲੈਣਾ। ਸੁਣੋ, ਟਾਈਮ ਤੇਰੇ ਕੋਲ ਹੈ ਨਹੀਂ, ਦਿਖ ਰਿਹਾ ਹੁਣ ਤੈਨੂੰ ਮੇਰਾ ਫਿਕਰ ਨਹੀਂ ਹੁੰਦਾ, ਤੇਰੀ ਜ਼ੁਬਾਨ ਤੇ ਮੇਰਾ। ਤਾਂ ਦੋਸਤੋ ਸਾਫ਼ ਸਾਫ਼ ਤੁਹਾਡੇ ਸਾਹਮਣੇ ਸਾਰੀ ਗੱਲ ਸੱਚ ਦੱਸੀ ਗਈ ਹੈ, ਅਤੇ ਗਾਣਾ ਸੁਣ ਕੇ ਦਿਲ ਖੁਸ਼ ਹੋ ਗਿਆ। 5 ਜੋ 3.5 ਸਟਾਰ ਮਿਲਦੇ ਇਸ ਗਾਣੇ ਨੂੰ। ਬਾਕੀ ਚੈਨਲ 'ਤੇ ਜੇ ਨਵੇਂ ਨੇ ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ ਅਤੇ ਬੈਲ ਆਈਕਨ ਨੂੰ ਔਨ ਕਰ ਲੈਣ। ਧੰਨਵਾਦ।